ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਅੱਜ ਦਾ ਫੁਰਮਾਨ ਇੱਕ ਓ ਅੰਕਾਰ ਸਾਤੇ ਗੁਰ ਪ੍ਰਸਾਦਿ ਬਿਲਾਵਰ ਮਹੱਲਾ ਪੰਜਵਾ ਦੋ ਵੈ ਥਾਵ ਰਖੇ ਗੁਰ ਸੂਰੇ ਹਲਤ ਪਾਲਤ ਪਾਰ ਬ੍ਰਹਮੇ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰੀ ਹਰੇ ਨਾਮੁ जपत सुख सहजे मद्यानु होवत साधू तुरे आवण जान रहिथे ते पाई जन्म मरण के मेटे बिसुरे भ्रम पैत रे छूटे पै जम के काटे काटे एकू ਰਹਿਆ ਪਰ ਪੂਰੇ ਨਾਨਕ ਸਰਾਣੇ ਪਾਰੇ ਉਹ ਦੁੱਖ ਭੰਜਨ ਅੰਤਾਰੇ ਬਾਹਿਰ ਪੇਖੇ ਹਜੂਰੇ ਭ੍ਰਮ ਭੈ ਤਰੇ ਛੁਟੇ ਭੈ ਜਮ ਕੇ ਘਾਟੇ ਕਾਟੇ ਏਕੂ ਰਹਿਆ ਪਰ ਪੂਰੇ ਨਾਨਕ ਸਰਾਨੇ ਪਾਰੇ ਉਹ ਦੁੱਖ ਪੰਜਨ ਅੰਤਾਰੇ ਬਾਹਿਰ ਪੇਖੇ ਹਜੂਰੇ ਅਰਥ ਏ ਪਾਈ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਸੂਰਮਾ ਗੁਰੂ ਉਸ ਦਾ ਇਹ ਲੋਕ ਅਤੇ ਪਰਲੋਕ ਦੋਵੇਂ ਹੀ ਵਿਗੜਨ ਤੋਂ ਬਚਾ ਲੈਂਦਾ ਹੈ ਪਰਮਾਤਮਾ ਨੇ ਸਦਾ ਹੀ ਅਜਿਹੇ ਮਨੁੱਖ ਦੇ ਇਹ ਲੋਕ ਅਤੇ ਪਰਲੋਕ ਸੋਹਣੇ ਬਣਾ ਦਿੱਤੇ ਉਸ ਮਨੁੱਖ ਦੇ ਸਾਰੇ ਹੀ ਕੰਮ ਸਫਲ ਹੋ ਜਾਂਦੇ ਹਨ ਰਹਾਉ ਏ ਪਾਈ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਿਆਂ ਆਨੰਦ ਪ੍ਰਾਪਤ ਹੁੰਦਾ ਹੈ ਆਤਮਿਕ ਅਡੋਲਤਾ ਵਿੱਚ ਟਿਕੇ ਰਹੀਦਾ ਹੈ ਗੁਰੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਾਨਨ ਪ੍ਰਾਪਤ ਹੁੰਦਾ ਹੈ ਜਨਮ ਮਰਨ ਦੇ ਗੇੜ ਮੁਕ ਜਾਂਦੇ ਹਨ ਪ੍ਰਭੂ ਚਰਨਾ ਵਿੱਚ ਟਿਕਾਓ ਪ੍ਰਾਪਤ ਹੁੰਦਾ ਹੈ ਜਨਮ ਤੋਂ ਮਰਨ ਤੱਕ ਦੇ ਸਾਰੇ ਚਿੰਤਾ ਝੋਰੇ ਮਿਟ ਜਾਂਦੇ ਹਨ हे ਨਾਨਕ ਜਿਹੜਾ ਮਨੁੱਖ ਗੁਰੂ ਦੀ ਸਰਨ ਪਾ ਕੇ ਹਰਿ ਨਾਮ ਜਪਦਾ ਹੈ ਉਹ ਸੰਸਾਰ ਸਮੁੰਦਰ ਦੇ ਸਾਰੇ ਡਰਾਂ ਪਰਮਾਤਮਾ ਪਾਰ ਲੰਘ ਜਾਂਦਾ ਹੈ ਜਮਦੂਤਾਂ ਬਾਰੇ ਵੀ ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਦਿਸਦਾ ਹੈ ਉਹ ਮਨੁੱਖ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ ਅਤੇ ਅੰਦਰ ਬਾਹਰ ਹਰ ਥਾਂ ਪ੍ਰਭੂ ਨੂੰ ਆਪਣੇ ਅੰਗ ਸੰਗ ਵਸਦਾ ਵੇਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ